ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ। ਜਾਮੀਆ ਯੂਨੀਵਰਸਿਟੀ ਦੇ ਬੱਚਿਆਂ ਉੱਤੇ ਦਿੱਲੀ ਅਤੇ ਅਲੀਗੜ੍ਹ ਪੁਲਿਸ ਦਾ ਕਹਿਰ ਸਰਾਸਰ ਹਾਲਤ। ਅਜਿਹਾ ਅਤਿਆਚਾਰ, ਲੋਕਤੰਤਰ ਦਾ ਕਾਣ, ਦੇਸ਼ ਵਿੱਚ ਹਰ ਕਿਸੇ ਨੂੰ ਹੱਕ ਹੈ ਆਪਣੀ ਗੱਲ ਰੱਖਣ ਦਾ। ਦੇਖੋ ਕਿਉਂ ਪੜ ਕੇ ਪੰਜਾਬ ਦੇ ਸ਼ਾਹੀ ਇਮਾਮ ਕਾਲੇ ਲਫ਼ਜ਼ੋਂ ਮੇਂ ਹਮਾਰੀ ਬਦਨਾਮੀ ਕਰਵਾ ਦੀ ਕਿ ਮੁਲਕ ਕੇ ਅੰਦਰ ਜੋ ਹੈ ਅਮਨ ਔਰ ਸ਼ਾਂਤੀ ਕੋ ਇਨ ਪੁਲਿਸ ਵਾਲੋਂ ਨੇ ਭੰਗ ਕਰ ਦੀਆ ਔਰ ਇਸਕੀ ਪੁਸ਼ਟ ਬਣਾਈ ਜੋ ਵੀ ਲੋਕ ਕਰ ਰਹੇ ਹੈ ਉਸਕਾ ਪੂਰੀ ਦੁਨੀਆ ਕੋ ਮਾਲੂਮ ਹੈ ਕਿ ਕੌਣ ਲੋਕ ਇਸਕੀ ਪੁਸ਼ਟ ਬਣਾਈ ਕਰ ਰਹੇ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਪਿਆਰੇ ਤੁਸੀਂ ਸਭ ਆਖੂਬੀ ਜਾਣਦੇ ਹੋ ਕਿ ਦਿੱਲੀ ਵਿੱਚ ਬੀਤੇ ਦਿਨੀ ਜੋ ਕੁਝ ਵੀ ਵਾਪਰਿਆ ਉਹ ਬਹੁਤ ਹੀ ਸ਼ਰਮਨਾਕ ਸੀ, ਜਿਸ ਤੋਂ ਦਿੱਲੀ ਸਰਕਾਰ ਨੇ ਆਪਣਾ ਪੱਲਾ ਚਾੜ ਲਿਆ ਅਤੇ ਠੀਕਰਾ ਸਾਰਾ ਦਾ ਸਾਰਾ ਮੋਦੀ ਸਰਕਾਰ ਉੱਤੇ ਭੰਨ ਦਿੱਤਾ ਹੈ। ਅਤੇ ਬਹੁਤ ਸਾਰੇ ਲੋਕ ਤਾਂ ਹੁਣ ਇਹ ਵੀ ਕਹਿ ਰਹੇ ਨੇ ਕਿ ਕੁਝ ਦਿਨ ਪਹਿਲਾਂ ਮੋਦੀ ਮੂੰਹ ਦੇ ਬਲ ਗਿਰੇ ਸਨ ਅਤੇ ਉਹ ਕਿਤੇ ਨਾ ਕਿਤੇ ਇਹਨਾਂ ਮੁਸਲਿਮ ਵੀਰਾਂ ਦੀਆਂ ਹੀ ਬਦਦੁਆਵਾਂ ਸਨ ਜਿਹਨਾਂ ਕਰਕੇ ਉਹ ਮੂੰਹ ਦੇ ਬਲ ਗਿਰੇ ਸੀ। ਕਿਉਂਕਿ ਨਾਗਰਿਕਤਾ ਬਿੱਲ ਦੇ ਵਿੱਚ ਕੀਤੇ ਗਏ ਸੰਸ਼ੋਧਨ ਤੋਂ ਬਾਅਦ ਦੇਸ਼ ਭਰ ਦੇ ਵਿੱਚ ਹੋ ਰਹੇ ਵਿਰੋਧ ਪ੍ਰਦਰਸ਼ਨਾਂ ਦੇ ਵਿੱਚ ਦਿੱਲੀ ਦੀ ਅਲੀਗੜ੍ਹ ਪੁਲਿਸ ਦੇ ਵੱਲੋਂ JMU ਅਤੇ AMU ਦੇ ਵਿਦਿਆਰਥੀਆਂ 'ਤੇ ਕੀਤਾ ਗਿਆ ਅੰਨਾ ਲਾਠੀਚਾਰਜ ਲੋਕਤੰਤਰ ਦਾ ਸਰੇਆਮ ਕਾਣ ਹੈ। ਇਹ ਸੱਚ ਦੀ ਆਵਾਜ਼ ਨੂੰ ਦੱਬਣ ਦੀ ਕੋਸ਼ਿਸ਼ ਹੈ। ਇਹ ਗੱਲ ਅੱਜ ਫੀਲਡਗੰਜ ਚੌਂਕ 'ਤੇ ਕੇਂਦਰ ਸਰਕਾਰ ਦੀਆਂ ਨੀਤੀਆਂ ਦੇ ਖਿਲਾਫ਼ ਮਜਲਿਸ ਅਹਿਰਾਰ ਇਸਲਾਮ ਦੇ ਵੱਲੋਂ ਕੀਤੇ ਗਏ ਰੋਸ ਪ੍ਰਦਰਸ਼ਨ ਵਿੱਚ ਸ਼ਾਹੀ ਇਮਾਮ ਪੰਜਾਬ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਾ ਨੇ ਕਹੀ। ਸ਼ਾਹੀ ਇਮਾਮ ਨੇ ਕਿਹਾ ਕਿ ਦਿੱਲੀ ਪੁਲਿਸ ਨੇ ਜਿਸ ਬੇਰਹਿਮੀ ਦੇ ਨਾਲ ਬੱਚਿਆਂ ਨੂੰ ਘੜੀਸ ਘੜੀਸ ਕੇ ਕੁੱਟਿਆ ਹੈ, ਮਾਰਿਆ ਹੈ, ਜ਼ਖਮੀ ਕੀਤਾ ਹੈ, ਉਸ ਤੋਂ ਇਨਸਾਨੀਅਤ ਸ਼ਰਮਸਾਰ ਹੋ ਗਈ ਹੈ। ਉਹਨਾਂ ਕਿਹਾ ਕਿ ਇਹ ਉਹੀ ਦਿੱਲੀ ਪੁਲਿਸ ਹੈ ਜੋ ਕੁਝ ਦਿਨ ਪਹਿਲਾਂ ਵਕੀਲਾਂ ਦੇ ਨਾਲ ਹੋਏ ਝਗੜੇ ਦੇ ਵਿੱਚ ਰੋ ਰੋ ਕੇ ਆਪਣਾ ਦੁਖੜਾ ਸੁਣਾ ਰਹੀ ਸੀ। ਸ਼ਾਹੀ ਇਮਾਮ ਨੇ ਕਿਹਾ ਕਿ ਪੂਰਾ ਦੇਸ਼ ਜਾਮੀਆਂ ਦੇ ਬੱਚਿਆਂ ਦੇ ਨਾਲ ਖੜਾ ਹੈ, ਕਿਉਂਕਿ ਇਹ ਬੱਚੇ ਕਿਸੇ ਇੱਕ ਧਰਮ ਦੇ ਵਿਦਿਆਰਥੀ ਨਹੀਂ ਹਨ, ਇਹ ਦੇਸ਼ ਦੇ ਬੱਚੇ ਨੇ। ਅਤੇ ਜੋ ਲੋਕ ਨਾਗਰਿਕਤਾ ਬਿੱਲ ਨੂੰ ਧਰਮ ਦਾ ਨਾਮ ਦੇ ਕੇ ਬਦਨਾਮ ਕਰਨਾ ਚਾਹੁੰਦੇ ਨੇ ਉਹ ਇਹ ਗੱਲ ਸਮਝ ਲੈਣ ਕਿ ਭਾਰਤ ਵਿੱਚ ਜਿੱਤ ਲੋਕਤੰਤਰ ਦੀ ਹੀ ਹੋਣੀ ਹੈ। ਇਸ ਮੌਕੇ ਸ਼ਾਹੀ ਇਮਾਮ ਨੇ ਭਾਰਤ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਵੀ ਅਪੀਲ ਕੀਤੀ ਕਿ ਦਿੱਲੀ ਪੁਲਿਸ ਦੇ ਉਹਨਾਂ ਅਧਿਕਾਰੀਆਂ 'ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਜਿਨ੍ਹਾਂ ਨੇ ਵਿਦਿਆਰਥੀਆਂ ਨੂੰ ਬੇਰਹਿਮੀ ਦੇ ਨਾਲ ਕੁੱਟਿਆ ਹੈ, ਉਹ ਵੀ ਉਦੋਂ ਜਦੋਂ ਉਹ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਸੀ। ਇਹ ਬਹੁਤ ਹੀ ਸ਼ਰਮਨਾਕ ਹੈ। ਦਿੱਲੀ ਕੇ ਅੰਦਰ ਜਾਮੀਆ ਮਿਲੀਆ ਔਰ ਅਲੀਗੜ੍ਹ ਕੇ ਜੋ ਵਿਦਿਆਰਥੀ ਕੈਬ ਕਾਨੂੰਨ ਕੇ ਖਿਲਾਫ਼ ਸ਼ਾਂਤੀਪੂਰਵਕ ਉਹ ਵਹਾਂ ਜੋ ਉਹਨਾਂ ਨੇ ਮੁਜ਼ਾਹਰਾ ਕੀਆ ਥਾ, ਉਸ ਮੁਜ਼ਾਹਰੇ ਕੇ ਬਾਅਦ ਦਿੱਲੀ ਪੁਲਿਸ ਨੇ ਉਨਕੇ ਉੱਪਰ ਲਾਠੀਚਾਰਜ ਔਰ ਇਸੀ ਤਰ੍ਹਾਂ ਅਲੀਗੜ੍ਹ ਮੇਂ ਵੀ ਵਿਦਿਆਰਥੀਓਂ ਪਰ ਲਾਠੀਚਾਰਜ ਕੀਆ ਔਰ ਤਕਰੀਬਨ 200 ਲੜਕੇ ਵਹਾਂ ਜ਼ਖਮੀ ਹੋ ਗਏ। ਉਨ ਲੜਕੋਂ ਮੇਂ ਮੁਸਲਮਾਨ ਵੀ ਹੈ, ਹਿੰਦੂ ਵੀ ਹੈ ਔਰ ਦਲਿਤ ਵੀ ਹੈ, ਦੂਸਰੇ ਸਮਾਜ ਕੇ ਸਭ ਲੋਕ ਹੈ। ਇਹ ਲੜਕੇ ਪੂਰੇ ਹਿੰਦੁਸਤਾਨ ਕੇ ਵਿਦਿਆਰਥੀ ਹੈ ਜੋ ਵਹਾਂ ਪੜ੍ਹਤੇ ਹੈ, ਜਿਨ੍ਹਾਂ ਨੇ ਕੈਬ ਕਾਨੂੰਨ ਕੇ ਖਿਲਾਫ਼ ਵਹਾਂ ਮੁਜ਼ਾਹਰਾ ਕੀਆ ਹੈ ਔਰ ਯਹੀ ਪੁਲਿਸ ਜੋ ਹੈ ਆਜ ਸੇ ਪਹਿਲੇ ਜਬ ਪੁਲਿਸ ਵਹਾਂ ਕੀ ਵਕੀਲੋਂ ਕੇ ਸਾਥ ਝਗੜਾ ਹੁਆ ਥਾ ਤੋ ਦਿੱਲੀ ਪੁਲਿਸ ਰੋਤੀ ਥੀ
اور آج یہی پولیس ہے جو لوگ جنہوں نے ہندوستان کی تاریخ کے اندر کالے لفظوں میں ہماری بدنامی کروا دی کہ ملک کے اندر جو ہے امن و شانتی کو ان پولیس والوں نے بھنگ کر دیا اور اس کی پشت پناہی جو بھی لوگ کر رہے ہیں اس کا پوری دنیا کو معلوم ہے کہ کون لوگ اس کی پشت پناہی کر رہے ہیں۔ یہ سراسر بہت ظلم ہے اس ملک کے اندر۔ جمہوری ملک ہے یہ، پوری دنیا کا سب سے بڑا جمہوری ملک ہے ہندوستان، اور اس ملک کے اندر یعنی کہ انسانیت کے نام پر مقصد یہ بہت بڑا دھبا ہے۔ مسلمان کی بات مت کیجیے آپ، وہ جو بچے تھے وہ انسان کے بچے تھے، ان پہ لاٹھی چارج کیا، اس میں سارے مذہب کے لوگ تھے۔ دلی پولیس کے جن نوجوانوں نے جن افسروں نے یہ کیا ہے ان کو بالکل معطل کیا جائے، ان پہ انکوائری کمیشن بٹھایا جائے، اور جو بچے زخمی حالت کے اندر ہے ان کا سرکاری طور پہ علاج کیا جائے، اور جو مجرم ہیں ان کو سامنے لایا جائے۔ کیونکہ یہ ملک کے اندر ہمارا جمہوری حق ہے کہ ہم اپنی بات کہہ سکتے ہیں شانتی پورو، اور یہ جو الزام لگا رہے ہیں کہ بسیں جو ہیں انہوں نے جلائی ہے بالکل غلط ہے۔ پورے میڈیا کو پتہ ہے کہ یہ بسیں خود دلی پولیس نے خود جلائی ہیں، وہاں کے کسی وردیاتی نے پولیس کو یعنی کہ بسیں نہیں جلائیں، یہ سب خود جلا کر پھر ایک بہانہ بنا کر، اور اس کے اندر مقصد ہے کہ لائبریری کے اندر جا کر گھس کر لاٹھی چارج کیا اور آنسو گیس چھوڑا، جس کی وجہ سے بہت سے بچے جو ہے وہ زخمی ہو گئے، ٹانگیں ان کی توڑ دی۔ تو یہ بہت بڑا ظلم ہے جو ودیارتھی اس دیش کا مستقبل ہے آنے والے ان ودیارتھیوں کو انہوں نے ظلم و تشدد کیا ہے۔ اس ملک کے اندر جو لوگ ہیں یہ مسلمان ہندو سکھ عیسائی، انہوں نے مل کر دیش کی آزادی کی لڑائی لڑی ہے۔ آج پورے ملک کے اندر آپ سروے کر لیجئے، اکیلا مسلمان نہیں، ہندو بھی اور سکھ بھی عیسائی بھی سب اس بل کے خلاف ہیں۔ یہ کالا قانون جو ہے دھرم کے نام پہ جو بنایا گیا ہے یہ بالکل غلط ہے، کوئی بھی اس کو نہیں مانے گا۔ اس کے ختم ہونے تک ہم اپنی جد و جہد لڑتے رہیں گے، پورے ملک کے نوجوان بوڑھے جوان عورتیں بچے ہم اس بل کے خلاف آخری دم تک لڑتے رہیں گے، اور انصاف کے لیے ہر ممکن کوشش کریں گے۔ جو ہمارے آج جو دلی کے اندر میں یونیورسٹی کے اندر میں جو لاٹھی چارج پولیس دلی پولیس دوارا کیا گیا ہے، اس میں گولی تک پولیس نے چلایا، یہاں تک کہ پولیس والوں نے ملٹری کے اوپر بھی ڈنڈا چارج کیا، ملٹری کو بھی چوٹ لگا ہے اور گولی بھی لڑکے کو لگا ہے، اس میں کوئی جاتی پاتی کا معاملہ نہیں ہے۔ انہوں نے جو کیب بل کے خلاف ایک مظاہرہ کیا تھا، جو دلی پولیس جو کیندر سرکار کے اشارے پہ چل رہی ہے ان کے اشارے کو سمجھتے ہوئے دلی پولیس نے وہ اسٹوڈنٹ پہ حملہ کیا اور لڑکیوں کو جبرن اٹھا اٹھا کر کے اور اس جہاں پروٹیسٹ کی جگہ تھی وہاں سے باہر کیا گیا ہے۔ اور میں سوچ رہا ہوں یہ تانا شاہ سرکار یہ کتنے دن تک چلیں گے، یہ دیش کو پورا تتر بتر کر دیا، دیش کے تمام جنتا کو یہ بتا دیا کہ جات پات کیا ہوتا ہے۔ پہلے ہم لوگ محبت کے ساتھ اور ایکتا کے ساتھ رہتے تھے، اب جات پات کے نام سے پہچانے جا رہے ہیں، اور پورے بھارت کے نہیں پورے دنیا میں بھارت کی کھلی اڑی ہوئی ہے، مذاق لوگ اڑا رہے ہیں۔ آج امریکہ نے بھی اس کی کڑی نندا کیا ہے، آج ہم سے بہتر میڈیا جانتی ہے، میڈیا تو دیش کو آئینہ دکھانے کا کام کرتا ہے۔ تو اس لیے میں کہنا چاہوں گا یہ تاناشاہ سرکار ہے، اس کے خلاف پورے دیش کا مسلمان نہیں دلت سکھ
हिंदू भी जाग गए हैं, क्योंकि इन्होंने सिर्फ हिंदू के नाम पर कार्ड जो खेलते हैं वो उनको भी बेवकूफ़ बना रहे हैं। वो भी जान गए हैं कि ये हमारे साथ गेम खेल रहे हैं, इसलिए हमारे साथ मुस्लिम के साथ हिंदू सिख ईसाई सभी लोग मिले हुए हैं। मैं एक शेर सुनाना चाहता हूँ, क्या हिंदू क्या मुस्लिम क्या सिख क्या ईसाई है, जब लहू है हम सबका एक फिर दूरी क्यों बनाई है, और गर्व से कहो ये बंदे हम सब भाई भाई है, हम सब भाई भाई है, जय हिंद जय भारत। ਗੁਰੂ ਪਿਆਰਿਓ, ਭਾਰਤ ਇੱਕ ਆਜ਼ਾਦ ਮੁਲਕ ਹੈ ਅਤੇ ਇਸ ਦੇਸ਼ ਦੇ ਵਿੱਚ ਹਰ ਕਿਸੇ ਨੂੰ ਆਜ਼ਾਦੀ ਹੈ ਆਪਣੀ ਗੱਲ ਹਿੱਕ ਠੋਕ ਕੇ ਕਹਿਣ ਦੀ, ਸ਼ਾਂਤਮਈ ਪ੍ਰਦਰਸ਼ਨਾਂ ਨਾਲ ਆਪਣੀ ਗੱਲ ਸਰਕਾਰ ਦੇ ਸਾਹਮਣੇ ਰੱਖਣ ਦੀ, ਸਰਕਾਰ ਦੇ ਗੋਡੇ ਲਗਵਾਉਣ ਦੀ। ਪਰ ਜਿਸ ਕਦਰ ਭਾਰਤ ਦੀ ਹਿੰਦ ਸਰਕਾਰ ਕਾਰਜ ਕਰ ਰਹੀ ਹੈ ਉਸ ਤੋਂ ਇਹੀ ਲੱਗਦਾ ਹੈ ਕਿ ਆਉਣ ਵਾਲਾ ਸਮਾਂ ਬਹੁਤ ਹੀ ਬਦਤਰ ਆਉਣ ਵਾਲਾ ਹੈ, ਕਿਉਂਕਿ ਜੀ ਡੀ ਪੀ ਦਰ ਦੀ ਅਗਰ ਗੱਲ ਕੀਤੀ ਜਾਵੇ ਉਹ 5 ਤੋਂ ਵੀ ਨੀਚੇ ਆ ਚੁੱਕੀ ਹੈ ਭਾਰਤ ਦੀ, ਅਤੇ ਹੁਣ ਮਹਿੰਗਾਈ ਹੋਰ ਆਸਮਾਨ ਛੂਏਗੀ। ਘੱਟ ਗਿਣਤੀਆਂ ਨੂੰ ਨਿਸ਼ਾਨਾ ਪਹਿਲਾਂ ਹੀ ਹਿੰਦ ਸਰਕਾਰਾਂ ਬਣਾ ਰਹੀਆਂ ਨੇ, ਹੁਣ ਵੇਖਣਾ ਇਹ ਹੋਵੇਗਾ ਕਿ ਅੱਗੇ ਹੋਰ ਕਿਸ ਕਿਸ ਨੂੰ ਇਹ ਨਿਸ਼ਾਨੇ 'ਤੇ ਰੱਖੇਗੀ। ਪਰ ਤੁਹਾਨੂੰ ਦੱਸ ਦਈਏ ਕਿ ਮੁਸਲਮਾਨ ਭਾਈਚਾਰੇ ਦੇ ਨਾਲ ਸਿੱਖ ਕੌਮ ਹਮੇਸ਼ਾ ਮੋਢੇ ਨਾਲ ਮੋਢਾ ਲਾ ਕੇ ਖੜੀ ਹੈ, ਅਤੇ ਜਾਮੀਆ ਯੂਨੀਵਰਸਿਟੀ ਦੇ ਬੱਚਿਆਂ ਦੇ ਨਾਲ ਵੀ ਸਿੱਖ ਕੌਮ ਮੋਢੇ ਨਾਲ ਮੋਢਾ ਲਾ ਕੇ ਖੜੀ ਹੈ, ਕਿਉਂਕਿ ਕੱਲ੍ਹ ਵੀ ਕੁਝ ਅਜਿਹੀ ਘਟਨਾ ਵਾਪਰੀ ਸੀ ਕਿ ਜਦੋਂ ਬੱਚੇ ਮੁੜ ਵਿਰੋਧ ਕਰ ਰਹੇ ਸਨ ਤਾਂ ਬਹੁਤ ਭਾਰੀ ਪੁਲਿਸ ਵੱਲ ਉੱਥੇ ਤਾਇਨਾਤ ਕਰ ਦਿੱਤਾ ਗਿਆ ਸੀ ਯੂਨੀਵਰਸਿਟੀ ਦੇ ਕੋਲ। ਪਰ ਜਿੱਦਾਂ ਹੀ ਨਿਹੰਗ ਸਿੰਘ ਜਥੇਬੰਦੀਆਂ ਉੱਥੇ ਪਹੁੰਚੀਆਂ ਤਾਂ ਸਾਰੀ ਦੀ ਸਾਰੀ ਪੁਲਿਸ ਫੋਰਸ ਤਿੱਤਰ ਬਿੱਤਰ ਹੋ ਗਈ। ਇਸ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਸਿੱਖ ਕੌਮ ਦੇ ਝੰਡੇ ਕਿੰਨੇ ਕੀ ਬੁਲੰਦ ਨੇ, ਅਤੇ ਜੇਕਰ ਜਿਹਨਾਂ ਨੂੰ ਘੱਟ ਗਿਣਤੀਆਂ ਕਹਿ ਕਹਿ ਕੇ ਪੜਤਾੜਿਆ ਜਾਂਦਾ ਹੈ ਲਤਾੜਿਆ ਜਾਂਦਾ ਹੈ, ਉਹ ਇੱਕਜੁੱਟ ਇੱਕਮੁੱਠ ਹੋ ਜਾਣ ਤਾਂ 15% ਕਿਤੇ ਨਜ਼ਰ ਵੀ ਨਹੀਂ ਆਉਣੀ। ਅਤੇ ਇਹ ਸਭ ਇਸ ਮਸਲੇ 'ਤੇ ਕੀ ਸੋਚਦੇ ਹੋ ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ, ਵੀਡੀਓ ਚੰਗੀ ਲੱਗੀ ਹੋਵੇ ਲਾਈਕ 'ਤੇ ਸ਼ੇਅਰ ਵੀ ਜ਼ਰੂਰ ਕਰਨਾ। ਗੁਰਬਾਣੀ ਅਖੰਡ ਬਾਣੀ ਵਾਸਤੇ ਲੁਧਿਆਣਾ ਤੋਂ ਪ੍ਰਦੀਪ ਭੰਡਾਰੀ ਦੀ ਰਿਪੋਰਟ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ, ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ। ਕਾਲੇ ਲਫਜ਼ੋਂ ਮੇਂ ਹਮਾਰੀ ਬਦਨਾਮੀ ਕਰਵਾ ਦੀ ਕਿ ਮੁਲਕ ਕੇ ਅੰਦਰ ਜੋ ਹੈ ਅਮਨ ਔਰ